ਕੱਲ੍ਹ ਵੀ ਬੋਲਿਆ ਸੀ ਕਿ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਨੇ ਉਹਨੂੰ ਸੰਘਰਸ਼ ਨੂੰ ਕਿਵੇਂ ਤੁਸੀਂ ਖਦੇੜਨਾ, ਕਿਵੇਂ ਉਹਨੂੰ ਤਾਰ ਪਿੰਡੋ ਕਰਨਾ ਹੈ। ਸਮੇਂ-ਸਮੇਂ 'ਤੇ ਪੁਲਿਸ ਪ੍ਰਸ਼ਾਸਨ, ਸਮੇਂ ਦੀਆਂ ਸਰਕਾਰਾਂ ਇਹ ਚਾਲਾਂ ਚੱਲਦੀਆਂ ਰਹਿੰਦੀਆਂ ਨੇ। ਪਹਿਲੇ ਦਿਨ ਵੀ ਜਿੱਦੇ ਇੱਥੇ ਮੋਰਚਾ ਲੱਗਿਆ ਉਸ ਦਿਨ ਵੀ ਬੜਾ ਰੌਲਾ ਪਿਆ। ਇੱਕ ਇੱਥੇ ਪੱਤਰਕਾਰ ਫਿਰਦਾ ਸੀ, ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਐਕਸ਼ਨ ਕਮੇਟੀ ਨਾ ਬਣੇ। ਫਿਰ ਆਥਣੇ ਪਰਿਵਾਰਕ ਮੈਂਬਰਾਂ ਦਾ ਦੁਆਰਾ ਇੱਥੇ ਕਲੇਸ਼ ਪਵਾ ਦਿੱਤਾ ਗਿਆ। ਅਤੇ ਇਹ ਨਾ ਜਿਹੜਾ ਮਸਲਾ, ਦੇਖੋ ਕੱਲ੍ਹ ਜਿਹੜੀ ਆਪਾਂ ਵੀਡੀਓ ਵਾਇਰਲ ਦੀ ਗੱਲ ਕਰਦੇ ਹਾਂ, ਉਹਨਾਂ ਨਾਲ ਮੇਰੀ ਗੱਲ ਵੀ ਹੋਈ ਆ। ਉਹ ਅੰਮ੍ਰਿਤਪਾਲ ਨਾਂ ਦਾ ਹੈਗਾ ਬੰਦਾ, ਜਿਹੜਾ ਮਹਿਰੋ ਪਿੰਡ ਆ, ਮੋਗਾ ਜ਼ਿਲ੍ਹਾ, ਉੱਥੇ ਇਹਦਾ ਪਿੰਡ ਆ। ਅਤੇ ਸਾਹਮਣੇ ਬੈਠਾ ਹੋਇਆ ਬੰਦਾ ਉਹਦੇ ਹੈਪੀ ਹੈ, ਹੈਪੀ ਤਾਰਾ ਗੀਤਕਾਰ ਕਹਿ ਦਿੰਦੇ ਆ ਉਹਨੂੰ, ਰਾਮੇ ਪਿੰਡ ਦਾ ਉਹ। ਤਾਂ ਮੇਰੀ ਜਦੋਂ ਅੰਮ੍ਰਿਤਪਾਲ ਨਾਲ ਗੱਲ ਹੋਈ, ਮੈਂ ਕਿਹਾ ਜੇ ਤੇਰੇ ਕੋਲ ਕੋਈ ਸਬੂਤ ਹੈ, ਤੂੰ ਕਹਿ ਰਿਹਾ ਕਿ ਉਹ ਜਿਹੜਾ ਮੁੰਡਾ ਜਸਪਾਲ ਆ ਉਹ ਦੇਹ ਵਪਾਰ ਦਾ ਕੰਮ ਕਰਦਾ ਸੀ, ਉਹ ਕੁੜੀਆਂ ਨਾਲ ਬਲਾਤਕਾਰ ਕਰਦਾ ਸੀ, ਤਾਂ ਸਬੂਤ ਲੈ ਕੇ ਸਾਡੇ ਕੋਲ ਆ, ਰੱਖ ਲਿਆ ਕੇ ਤੇ ਪ੍ਰੈਸ ਕਾਨਫਰੰਸ ਕਰ, ਪੁਲਿਸ ਦੇ ਧਿਆਨ 'ਚ ਲਿਆ ਗੱਲਾਂ ਬਾਤਾਂ। ਐਂ ਥੋੜ੍ਹੀ ਆ ਵੀ ਸੋਸ਼ਲ ਮੀਡੀਆ 'ਤੇ ਆਪਾਂ ਇੱਕ ਵੀਡੀਓ ਦਿਖਾ ਕੇ ਇੱਕ ਬੰਦੇ ਨੂੰ ਸਾਹਮਣੇ ਬਿਠਾ ਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦੇਣੀਆਂ। ਤਾਂ ਉਹ ਮੈਨੂੰ ਕਹਿੰਦਾ ਮੈਂ ਆਉਣਾ ਹੈ, ਮੈਂ ਕਰਦਾ ਹੈ। ਫਿਰ ਅਸੀਂ ਆਥਣੇ ਫੋਨ ਕੀਤਾ, ਮੈਂ ਕਿਹਾ ਆ ਜਾ ਦੱਸ, ਅਸੀਂ ਫਰੀਦਕੋਟ ਹਾਂ। ਕਹਿੰਦਾ ਮੈਂ ਦੂਰ ਫਿਰਦਾ, ਮੈਂ ਨਹੀਂ ਆ ਸਕਦਾ ਹੁਣ, ਅਤੇ ਮੈਂ ਕੋਈ ਗੱਲ ਨਹੀਂ, ਤੁਹਾਨੂੰ ਕੱਲ੍ਹ ਨੂੰ ਆ ਕੇ ਦਿਖਾਉਣਾ। ਸੋ ਕੁਛ ਵੀ ਨਹੀਂ ਹੈ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਜੇ ਕਿਸੇ ਕੋਲੋਂ ਕੋਈ ਜਸਪਾਲ ਦੇ ਖਿਲਾਫ਼ ਕੋਈ ਸਬੂਤ ਆ, ਉਹਨੇ ਬਲਾਤਕਾਰ ਕੀਤਾ ਕਿਸੇ ਨਾਲ, ਉਹਨੇ ਦੇਹ ਪਾਰ ਦਾ ਧੰਦਾ ਕੀਤਾ, ਤਾਂ ਉਹ ਸਬੂਤ ਲਿਆ ਕੇ ਰੱਖੇ ਜਾਣ। ਦੂਜੀ ਗੱਲ, ਚਲੋ ਮੰਨ ਲੈਂਦੇ ਹਾਂ, ਇਹ ਵੀ ਮੰਨ ਲੈਂਦੇ ਹਾਂ ਕਿ ਉਹ ਦੇਹ ਪਾਰ ਦਾ ਧੰਦਾ ਕਰਦਾ ਸੀ ਜਾਂ ਉਹਨੇ ਕੋਈ ਬਲਾਤਕਾਰ ਕੀਤਾ ਕਿਸੇ ਨਾਲ, ਤਾਂ ਉਹਦੇ ਉਹਦੇ ਮਤਲਬ ਕਿ ਲਈ ਵੀ ਕਾਨੂੰਨ ਹੈਗਾ, ਉਹਦੇ ਲਈ ਵੀ ਇੱਕ ਪਾਸੇ ਪ੍ਰਸ਼ਾਸਨ ਬੈਠਾ ਹੈ, ਉਹਦੀ ਸਜ਼ਾ ਜਿਹੜੀ ਉਹ ਅੱਡ ਹੋ ਸਕਦੀ ਆ। ਇਹ ਤਾਂ ਮਤਲਬ ਇਹ ਤਾਂ ਨਹੀਂ ਤੇ ਪੁਲਿਸ ਨੂੰ ਲਿਆ ਕੇ ਚੱਕ ਕੇ ਕੁੱਟਮਾਰ ਕਰਕੇ ਮਾਰ ਦੇਣਾ, ਲਾਸ਼ ਨੂੰ ਖੁਰਦ ਬੁਰਦ ਕਰ ਦੇਣਾ, ਇਹ ਅਧਿਕਾਰ ਕਿਹਨੂੰ ਦੇਦਾ ਪੁਲਿਸ ਨੇ ਫਿਰ? ਇਹ ਇਹ ਗੱਲ ਲਈ ਨਹੀਂ ਨਾ, ਇਹ ਇਸ ਗੱਲ ਲਈ ਨਹੀਂ ਨਾ ਤੈਅ ਹੋ ਗਈ ਗੱਲ ਕਿ ਯਾਰ ਹਾਂ ਉਹ ਤਾਂ ਆਹ ਕੰਮ ਕੀਤਾ ਤਾਂ ਲਿਆ ਕੇ ਮਾਰਤਾ। ਉਹ ਬੜੀਆਂ ਗੱਲਾਂ, ਉਦੋਂ ਬਾਅਦ ਇੱਕ ਹੋਰ ਉਹ ਦੁਬਾਰੇ ਇੱਕ ਲਾਈਵ ਹੋਇਆ ਬੈਠਾ ਹੈ, ਉਹ ਪਹਿਲਾਂ ਕਹਿੰਦਾ ਜੀ ਮੈਨੂੰ ਹੈਪੀ ਤਾਰਾ ਮਾਰਨ ਆਇਆ ਦਿੱਲੀ ਵਾਲਿਆਂ ਨੇ ਭੇਜਿਆ, ਫਿਰ ਮੈਨੂੰ ਕਹਿੰਦਾ ਰਣਵੀਰ ਮਾਰਨ ਨੂੰ ਫਿਰਦਾ। ਸੋ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ, ਇਹ ਅਫਵਾਹਾਂ ਨੇ, ਇਹਨਾਂ ਤੋਂ ਬਚਣ ਦੀ ਲੋੜ ਆ। ਮੈਂ ਕਹਿੰਦਾ ਕਿਸੇ ਦੇ ਕੋਲੇ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਤੱਥ ਹੈ, ਕੋਈ ਸਬੂਤ ਹੈ, ਉਹ ਪੁਲਿਸ ਕੋਲੇ ਹੈ ਜਾਂ ਕਿਸੇ ਆਮ ਬੰਦੇ ਕੋਲੇ, ਉਹ ਤੋਂ ਲੈ ਕੇ ਆਓ, ਸਪਸ਼ਟ ਕਰੋ, ਇੱਥੇ ਲੋਕਾਂ ਦੇ ਸਾਹਮਣੇ ਦਿਖਾਓ, ਰੱਖੋ। ਸੋ ਇਹ ਇੱਕ ਜਦੋਂ ਇਹ ਹੋਈ ਚੱਲੀ ਨਾ ਵੀਡੀਓ, ਕਾਫੀ ਫੈਲੀ ਵੀਡੀਓ, ਤੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਕਹਿੰਦੇ ਬਾਈ ਤੁਸੀਂ ਗਲਤ ਬੰਦੇ ਮਗਰ ਚਲੇ ਗਏ ਯਾਰ, ਉਹਦਾ ਬੰਦਾ ਬਲਾਤਕਾਰੀ ਹੈ, ਉਹ ਤਾਂ ਬੰਦਾ ਕੁੜੀਆਂ ਦਾ ਦਲਾਲੀ ਕਰਦਾ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਆਪਣੇ ਫਵਾਹ ਬੋੜਦੀ ਆ, ਪੋਜ਼ਿਟਿਵ ਚੀਜ਼ ਤੁਸੀਂ ਹਾਂ ਪੱਖੀ ਚੀਜ਼ ਨੂੰ ਕੋਈ ਸੋਸ਼ਲ ਮੀਡੀਆ 'ਤੇ ਪਾਓਗੇ ਕੋਈ ਨਹੀਂ ਦੇਖਦਾ, ਬਹੁਤ ਘੱਟ ਦੇਖਣਗੇ, ਨਾ ਪੱਖੀ ਜਿਹੜੀ ਨੈਗੇਟਿਵ ਚੀਜ਼ ਆ ਜਿਹਨੇ ਨੈਗੇਟਿਵਿਟੀ ਫੈਲਾਉਣੀ ਆ, ਉਹ ਤੁਸੀਂ ਦੇਖੋ ਐ ਮਿੰਟੋ ਮਿੰਟ ਹੀ ਫੈਲ ਜਾਂਦੀ ਆ, ਹੈ ਨਾ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਯਾਰ ਪੂਰੀ ਸੱਚਾਈ ਜਾਣੇ ਬਿਨਾ, ਬਿਨਾ ਆਪਣੇ ਆਪ ਇੱਕ ਨਿਰਣਾ ਕਰ ਲੈਣਾ ਕਿ ਉਹ ਗਲਤ ਆ ਉਹ ਸਹੀ ਆ, ਇਹ ਨਹੀਂ ਚਾਹੀਦਾ।